ਤੇ ਦੱਸੋ ਕੀ ਹਾਲ ਚਾਲ ਆ। ਮੈਂ ਜਾ ਰਿਹਾ ਕੋਸਟਾਂਟਾ ਨੂੰ ਤੇ ਮੈਂ ਜਾ ਕੇ ਤੁਹਾਨੂੰ ਚਾਹਦਾ ਮੈਂ ਕਿਸੇ ਕੰਮ ਵਾਸਤੇ ਰਿਹਾ ਸੀ ਬਟ ਮੈਂ ਤੁਹਾਨੂੰ ਥੋੜ੍ਹਾ ਘੁਮਾਊਂਗਾ ਵੀ ਜਿੱਦਾਂ ਤੁਸੀਂ ਦੇਖ ਰਹੇ ਹਾਂ। ਇਹ ਜਿਹੜੀ ਜਿਹੜਾ ਤੁਸੀਂ ਆਹ ਲੇਕ ਦੇਖ ਰਹੇ ਹਾਂ ਇਹ ਦੋ ਲੰਬ ਦਰਿਆ ਜਿਹੜਾ ਥੋੜ੍ਹਾ ਯੂਰਪ 'ਚ ਘੁੰਮਦਾ ਨਾ ਬਲਗੇਰੀਆ ਆਪਣੇ ਸਰਬੀਆ ਤੋਂ ਆਉਂਦਾ ਹੋਇਆ ਜਿਹੜਾ ਰੋਮੇਨੀਆ ਬਲਗੇਰੀਆ ਤੋਂ ਗਾਂਹ ਲੰਘਦਾ ਵਾ ਇਹ ਉਹਦੇ 'ਚੋਂ ਇੱਕ ਪਾਰਟ ਨਿਕਲਿਆ ਹੋਇਆ ਵਾ ਉਹਦਾ 'ਚੋਂ ਇੱਕ ਪਾਰਟ ਨਿਕਲ ਕੇ ਨਿਕਲਿਆ ਹੋਇਆ ਦੋ ਪਾਰਟ ਨਿਕਲੇ ਆ ਇੱਕ ਦੂਸਰੀ ਸਾਈਡ ਆ ਇੱਕ ਇਸ ਸਾਈਡ ਦੋ ਪਾਰਟ ਇਹ ਕੋਨਸਟਾਂਟਾ ਨੂੰ ਜਾ ਕੇ ਉਹਦੇ ਵਿੱਚ ਉੱਥੇ ਘੁੰਮਦੇ ਉੱਥੇ ਦਰਿਆ 'ਚ ਨਾਲ ਮਿਲਦੇ ਜਾ ਕੇ ਅਤੇ ਬਾਕੀ ਇਹ ਵੀ ਮੈਨੂੰ ਹੁਣੇ ਹੀ ਪਤਾ ਲੱਗਾ ਇੱਕ ਸੀਗਾ ਬੰਦਾ ਇੱਥੇ ਰੋਮੇਨੀਆ ਦਾ ਸ਼ਾਇਦ ਯੂਰਪ ਉੱਤੇ ਸਪੇਨ ਦੇ ਵਿੱਚ ਰਹਿੰਦਾ ਸੀ ਉਹਨੇ ਮੈਨੂੰ ਦੱਸਿਆ ਮੈਂ ਕਿਹਾ ਚਲੋ ਇਹ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਅਤੇ ਉਹ ਪੂਰੇ ਯੂਰਪ ਦੇ ਨਾਲ ਨਾਲ ਜਿਹੜਾ ਨਿਕਲਦਾ ਵਾ ਅਤੇ ਉਹ ਦਰਿਆ ਵਾ ਅਤੇ ਬਾਕੀ ਜਿੱਦਾਂ ਹੀ ਕੋਈ ਚੰਗੀ ਜਿਹੜੀ ਖਬਰ ਕੋਈ ਮਿਲੀ ਜਾਊ ਜਾਂ ਚੰਗੀ ਨਿਊਜ਼ ਮੈਂ ਤੁਹਾਨੂੰ ਸ਼ੇਅਰ ਕਰੀ ਜਾਊਂਗਾ ਕਿਹੜੀ ਚੀਜ਼ ਇੱਥੇ ਦੇਖਣ ਵਾਲੀ ਆ ਮੈਂ ਸਾਰਾ ਤੁਹਾਨੂੰ ਦਿਖਾਉਂਦਾ ਜਾਊਂਗਾ। ਗਏ ਇੱਥੇ ਪਹੁੰਚ ਤਾਂ ਮੈਂ ਗਿਆ ਬਟ ਠੰਡ ਬਹੁਤ ਆ ਯਾਰ ਬਹੁਤ ਜ਼ਿਆਦਾ ਠੰਡ ਆ ਠੰਡ ਬਹੁਤ ਲੱਗਦੀ ਮੈਂ ਸੋਚਦਾ ਮੈਂ ਕਿਹਾ ਇਸ ਸਾਈਡ 'ਤੇ ਘੱਟ ਹੋਣੀ ਹੈ ਠੰਡ ਪਰ ਇੱਥੇ ਵੀ ਬਹੁਤ ਠੰਡ ਆ ਹੁਣ ਤਾਂ ਹੁਣ ਜਾਂਦਾ ਪਹਿਲਾਂ ਮੈਂ ਆਪਣੇ ਹੋਟਲ ਅਤੇ ਉੱਥੇ ਜਾ ਕੇ ਸਮਾਨ ਸਮੂਨ ਰੱਖਦੇ ਹਾਂ ਉਸ ਤੋਂ ਬਾਅਦ ਫਿਰ ਘੁੰਮਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਕੁਛ ਅਤੇ ਫਿਲਹਾਲ ਇੱਥੇ ਬਰਫ਼ ਤਾਂ ਪਈ ਨਹੀਂ ਹੈਗੀ ਹਾਲੇ ਕੁਛ ਬਰਫ਼ ਬੁਰਫ਼ ਤਾਂ ਹੈ ਨਹੀਂ ਸੋ ਮੈਂ ਆ ਗਿਆ ਵਾਂ ਬਾਹਰ ਥੋੜ੍ਹਾ ਜਿਹਾ ਸੁੱਤਾ ਸੀ ਸੌਣ ਤੋਂ ਬਾਅਦ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਰਾਊਂਡ ਮਾਰ ਕੇ ਆਉਂਦੇ ਕਿਹੜਾ ਕੱਢ ਕੇ ਆਉਂਦੇ ਅਤੇ ਬਾਕੀ ਇਹਨਾਂ ਦਿਨਾਂ ਦੇ ਵਿੱਚ ਤਾਂ ਕੁਛ ਖਾਸ ਹੈ ਨਹੀਂ ਕਿਉਂਕਿ ਠੰਡ ਆ ਠੰਡ 'ਚ ਨਹੀਂ ਕੋਈ ਲੋਕ ਆਉਂਦੇ ਘੁੰਮਣ ਵਗੈਰਾ ਇੱਦਾਂ ਅਤੇ ਆਮ ATM ਦਾ ਮੈਨੂੰ ਬਹੁਤ ਪੰਗਾ ਸੀ ਅਤੇ ATM ਮੈਨੂੰ ਮਿਲ ਹੀ ਗਿਆ ਜਦੋਂ ਮੈਂ ਲੱਭਦਾ ਉਦੋਂ ਮਿਲਿਆ ਨਹੀਂ ਹੁਣ ਮਿਲ ਗਿਆ ਅਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਜਦੋਂ ਵੀ ਆਉਣਾ ਤਾਂ ਪੈਸੇ ਕੈਸ਼ ਜ਼ਰੂਰ ਲੈ ਕੇ ਆਇਓ ਕਿਉਂਕਿ ਬਹੁਤ ਪ੍ਰੋਬਲਮ ਆ ਅਤੇ ਕੋਈ ਜਗ੍ਹਾ 'ਤੇ ਕਾਰਡ ਚੱਲਦੇ ਕੋਈ ਜਗ੍ਹਾ 'ਤੇ ਨਹੀਂ ਚੱਲਦੇ ਸੋ ATM ਹੈਗਾ ਰਿਹਾ ਬਟ ਉਹ ਦੇਖ ਲਓ ਆਹ ਹਾਲ ਆ ATM ਦਾ ਆਹ ਹਾਲ ਚੱਲਦਾ ਹੀ ਨਹੀਂ ਪਿਆ ATM ਸੋ ਇਹ ਬਹੁਤ ਪ੍ਰੋਬਲਮ ਆ ਸੋ ਅਤੇ ATM ਲੱਭਾ ਸੀ ਪਰ ਵਰਕ ਨਹੀਂ ਕਰਦਾ ਚੱਲਦਾ ਨਹੀਂ ਪਿਆ ਹਜੇ ਅਤੇ ਦੇਖਦਾ ਜੇ ਕੋਈ ਹੋਰ ATM ਮਿਲਦਾ ਠੀਕ ਆ ਨਹੀਂ ਤਾਂ ਕੁਛ ਕਰਨਾ ਪੈਣਾ ਇੱਥੇ ਅਤੇ ਬਾਕੀ ਤਕਰੀਬਨ ਇੱਦਾਂ ਹੀ ਆ ਇੱਦਾਂ ਦਾ ਏਰੀਆ ਅਤੇ ਬੀਚ ਵਾਲੀ ਸਾਈਡ ਚੱਲਦੇ ਹਾਂ ਦੇਖਦੇ ਹਾਂ ਕੁਛ ਹੈ ਖਾਸ ਕਿ ਨਹੀਂ ਜਿਹੜੀ ਸਾਈਡ ਮੈਂ ਆ ਜਾ ਰਿਹਾ ਵਾਂ ਇੱਧਰਲੀ ਸਾਈਡ ਇਹ ਸਾਈਡ ਇਹ ਜਿਹੜੀ ਸਾਈਡ ਇਹਦਾ ਬੀਚ ਆ ਇਹ ਬੁਲਗਾਰੀਆ ਦੇ ਜਿਹੜੇ ਬੀਚ ਆ ਵਰਨਾ ਬੀਚ ਆ ਗੋਲਡਨ ਜਿਹਨੂੰ ਬੀਚ ਕਹਿੰਦੇ ਆ ਉਹਦੇ ਨਾਲ ਜਾ ਕੇ ਇਹ ਸਿਰਾ ਉੱਧਰ ਨੂੰ ਜਾ ਕੇ ਲੱਗਦਾ ਅਤੇ ਆਹ ਜਿਹੜਾ ਦੂਜਾ ਸਿਰਾ ਵਾ ਆਹ ਸਾਈਡ ਇਹ ਸਾਈਡ ਦਾ ਜਿਹੜਾ ਇਹ ਸਾਈਡ ਜਿਹੜੀ ਆ ਇਹ ਇਸ ਸਾਈਡ 'ਤੇ ਯੂਕਰੇਨ ਆ ਯੂਕਰੇਨ ਦਾ ਬਾਰਡਰ ਇੱਧਰ ਆ ਸੋ ਇੱਧਰ ਹੈਗਾ ਬੁਲਗਾਰੀਆ ਦਾ ਅਤੇ ਇੱਧਰ ਹੈਗਾ ਯੂਕਰੇਨ ਦਾ ਬਟ ਨੇੜੇ ਨਹੀਂ ਹੈਗੇ ਦੂਰ ਆ ਸੋ ਇਹ ਦੋ ਸਾਈਡਾਂ ਵਾ ਅਤੇ
ਜਿਹਨਾਂ ਇਹ ਜਿੱਥੇ ਇਹਦੇ ਰੋਮਾਨੀਆ ਦੇ ਦੋਨੇ ਰੋਮਾਨੀਆ ਨੂੰ ਦੋ ਪਾਸੇ ਬਾਰਡਰ ਲੱਗਦੇ ਆ, ਇੱਕ ਪਾਸੇ ਯੂਕਰੇਨ ਦਾ ਅਤੇ ਦੂਜੇ ਪਾਸੇ ਬੁਲਗੇਰੀਆ ਦਾ। ਤੋ ਬਾਕੀ ਮੈਂ ਕੋਸ਼ਿਸ਼ ਕਰਾਂ ਕਿ ਏਟੀਐਮ ਕੋਈ ਮਿਲ ਜਾਵੇ ਮੈਨੂੰ, ਏਟੀਐਮ ਦੀ ਬਹੁਤ ਪ੍ਰੋਬਲਮ ਆ। ਤੋ ਦੇਖਦੇ ਹਾਂ, ਚੈੱਕ ਕਰਦੇ ਹਾਂ ਜੇ ਕਿਤੇ ਮਿਲ ਜਾਂਦਾ ਤਾਂ। ਅਤੇ ਬਾਕੀ ਸਾਰੀ ਤਕਰੀਬਨ ਸ਼ਾਂਤੀ ਜੀ ਆ, ਕੋਈ ਉਹ ਤਾਂ ਹੈ ਨਹੀਂ, ਕੋਈ ਖਾਸ ਤਾਂ ਹੈ ਨਹੀਂ ਆ। ਅਤੇ ਅਜੇ ਇੰਨੇ ਬੰਦੇ ਆਉਂਦੇ ਨਹੀਂ ਹੈਗੇ ਇੱਥੇ ਤਾਂ ਕਰਕੇ, ਸੋ ਤਾਂ ਕਰਕੇ ਫਿਰ ਬਹੁਤੀ ਇੱਥੇ ਰੌਣਕ ਹਜੇ ਹੈ ਨਹੀਂ ਆ। ਅਤੇ ਸਮਰ ਦੇ ਵਿੱਚ ਰੌਣਕ ਹੁੰਦੀ ਜ਼ਿਆਦਾ। ਬੰਦ ਆ, ਕਲੋਜ਼ ਆ, ਅਤੇ ਕਹਿੰਦੇ ਐਵਰੀਥਿੰਗ ਇਜ਼ ਕਲੋਜ਼। ਸੋ ਕੇ ਟੀ ਐੱਮ ਵਗੈਰਾ ਜਿਹੜੇ ਇੱਥੇ ਹੈਗੇ ਉਹ ਸਾਰੇ ਬੰਦ ਆ, ਸ਼ੋਪਸ ਬੰਦ ਆ, ਹੋਟਲ ਬੰਦ ਆ, ਸਿਰਫ ਕੁਝ ਕੁ ਹੋਟਲ ਖੁੱਲ੍ਹੇ ਆ, ਉਹ ਵੀ ਜੇ ਕੋਈ ਆ ਰਿਹਾ ਇੱਕ ਦੋ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਆਉਂਦਾ ਨਹੀਂ ਹੈਗਾ ਇੱਥੇ ਕੰਸਟੈਂਟਾ ਦੇ ਵਿੱਚ। ਉਹ ਤਾਂ ਨਹੀਂ ਆਉਂਦਾ ਕਿਉਂਕਿ ਸਮਰ ਸੀਜ਼ਨ ਹੁੰਦਾ, ਹੁਣ ਠੰਡ ਦੇ ਦਿਨ ਆ, ਲੋਕ ਬੀਚ 'ਤੇ ਕੀ ਕਰਨਗੇ, ਕੁਛ ਨਹੀਂ, ਇਸ ਕਰਕੇ ਸਾਰਾ ਕੁਛ ਖਾਲੀ ਆ ਅਤੇ ਕੋਈ ਨਹੀਂ ਆਉਂਦਾ ਇਹਨਾਂ ਦਿਨਾਂ ਦੇ ਵਿੱਚ। ਅਤੇ ਜੇ ਮਤਲਬ ਤੁਸੀਂ ਦੇਖਣਾ ਚਾਹੁੰਦੇ ਜਾਂ ਘੁੰਮਣਾ ਚਾਹੁੰਦੇ ਤਾਂ ਜੂਨ ਜੁਲਾਈ ਦੇ ਵਿੱਚ ਦੇਖਣ ਵਾਲਾ ਹੁੰਦਾ ਇੱਥੇ ਸਾਰਾ ਕੁਛ, ਘੁੰਮਣ ਵਾਲਾ, ਬੀਚ 'ਤੇ ਸਾਰਾ ਕੁਛ, ਬਟ ਇਹਨਾਂ ਦਿਨਾਂ ਵਿੱਚ ਕੁਛ ਨਹੀਂ ਆ। ਸੋ ਮੈਨੂੰ, ਮੈਂ ਤਾਂ ਆ ਗਿਆ, ਮੈਨੂੰ ਥੋੜ੍ਹਾ ਕੰਮ ਸੀਗਾ ਇੱਥੇ ਅਤੇ ਉਹਦੇ ਕਰਕੇ ਮੈਂ ਆਇਆ। ਮੈਂ ਸੋਚਿਆ ਚਲੋ ਰਾਊਂਡ ਮਾਰ ਦਿੰਦੇ ਆ ਇੱਕ, ਬਟ ਜਿੰਨਾ ਕੁ ਕੁਛ ਹੈਗਾ ਦਿਸ ਰਿਹਾ ਜੋ ਆ, ਸੋ ਤੁਹਾਨੂੰ ਮੈਂ ਕਿਹਾ ਮੈਂ ਦਿਖਾ ਦਿੰਦਾ ਵਾ। ਅਤੇ ਬਾਕੀ ਜਿਸ ਕੰਮ ਵਾਸਤੇ ਮੈਂ ਆਇਆ ਸੀ ਤਕਰੀਬਨ ਹੋ ਹੀ ਗਿਆ, ਅਤੇ ਫਾਈਨਲ ਜਦੋਂ ਹੋ ਜਾਂਦਾ ਤਾਂ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰੂੰਗਾ, ਕਿਉਂਕਿ ਉਹ ਮੇਰੇ ਇਕੱਲੇ ਦਾ ਫਾਇਦਾ ਨਹੀਂ ਉਹਦੇ ਵਿੱਚ, ਸਾਰਿਆਂ ਦਾ ਹੀ ਫਾਇਦਾ ਵਾ, ਤੁਹਾਡਾ ਵੀ ਉਹਦੇ 'ਚ ਬਹੁਤ ਫਾਇਦਾ ਹੋਊਗਾ। ਅਤੇ ਉਹ ਮੈਂ ਸਾਰਾ ਕੁਛ, ਸਾਰੇ ਡਾਕੂਮੈਂਟ ਸਾਰਾ ਕੁਛ ਇਕੱਠਾ ਕਰਕੇ ਫਿਰ ਤੁਹਾਡੇ ਨਾਲ ਇੱਕ ਵੀਡੀਓ ਬਣਾਊਂਗਾ, ਤੁਹਾਨੂੰ ਦਊਂਗਾ ਵੀਡੀਓ, ਉਹਦੇ ਸਾਰਾ ਕੁਛ ਐਕਸਪਲੇਨ ਕਰੂੰਗਾ, ਅਤੇ ਉਹ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਹੋਊਗੀ। ਆਹ ਹੈਗਾ ਆਪਣਾ ਹੋਟਲ, ਹੋਟਲ ਅਲਮਾ ਮਮਾਇਆ, ਇਹ ਹੋਟਲ ਆ ਅਤੇ ਬਹੁਤ ਹੀ ਵਧੀਆ ਹੋਟਲ ਆ ਜਿਹੜਾ, ਜੇ ਕਿਸੇ ਨੇ ਵੀ ਆਉਣਾ ਤਾਂ ਮੈਂ ਤੁਹਾਨੂੰ ਸਾਰਾ ਇਹਦੇ 'ਚ ਐਕਸਪਲੇਨ ਕਰ ਦੂੰਗਾ, ਡਿਸਕ੍ਰਿਪਸ਼ਨ 'ਚ ਲਿੰਕ ਦੇ ਦੂੰਗਾ ਇਹਦਾ, ਅਤੇ ਤੁਸੀਂ ਆ ਸਕਦੇ। ਬਹੁਤ ਐਕਸਪੈਂਸਿਵ ਆ ਅਤੇ ਮੈਂ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਦਾ। ਹੈਲੋ, ਇਦਾਂ ਦਾ ਹੈਗਾ। ਨੋ ਨੋ ਪ੍ਰੋਬਲਮ, ਪਲੀਜ਼ ਨੋ ਰੇਡੀਓ ਹੈ। ਸੋ ਨੋ ਪ੍ਰੋਬਲਮ, ਓਕੇ ਓਕੇ, ਥੈਂਕ ਯੂ। ਸੋ ਇੱਦਾਂ ਦਾ ਹੀ ਸਾਰਾ ਹੈਗਾ, ਬਹੁਤ ਵਧੀਆ ਵਾ। ਅਤੇ ਆਪ ਰੂਮ ਖੁੱਲ ਗਿਆ ਵਾ, ਇਹ ਹੁਣ ਕਾਰਡ ਨੂੰ ਇੱਥੇ ਲਾਵਾਂਗੇ, ਕਾਰਡ ਲਾਤਾ, ਲਾਈਟ ਆਨ। ਸੋ ਇਹ ਹੈਗਾ ਰੂਮ, ਅਤੇ ਇਹ ਰੂਮ ਆ, ਲਾਈਟ ਆਨ ਕਰ ਲੈਂਦੇ ਫਿਰ ਮੈਨੂੰ। ਅਤੇ ਇਹ ਹੈ ਘਰ, ਇਹ ਬੈੱਡ ਹੈ ਇਹਦਾ, ਬਹੁਤ ਵਧੀਆ ਹੈ। ਕੁਛ
LCD वगैरह भी दी है, तो बाकी बाथरूम देखो बढ़िया सारा कुछ बिल्कुल। हाँ वाल सेट सारा कुछ तकरीबन सारा वधिया वा। बाकी जे तुसी कदे भी आना इत्थे, मतलब किसी ने कंस्ट्रक्ट आना, तो इस रूम ये होटल में बुक कर लो। इन्हों का मैं डिस्क्रिप्शन च लिंक दे दूंगा तुहानू, ते लोकेशन दे दूंगा सारा, कॉन्टैक्ट नंबर तुसी बुक कर सकते हैं। तो 100-150 ले दे विच हो जाता वा। तो बाकी फूड वगैरह ये वो सारा कुछ तुसी कर सकते हैं, बाहरों भी जां इन्हां कोलों भी, बहुत वधिया वा। इस करी जरूर आयो इत्थे।